ਹਿਲਦੀ ਡੋਲਦੀ ਛਟਕੇ ਲੈਂਦੀ ਮਾਚਸ ਦੀ ਡੱਬੀ ਬਹੁਤ ਹੀ ਵਧੀਆ ਖਡਾਉਣਾ ਹੈ ਇਹ ਬਹੁਤ ਹੀ ਘੱਟ ਕੀਮਤ ਵਿੱਚ ਤਿਆਰ ਹੁੰਦਾ ਹੈ ਇਸ ਲਈ ਇੱਕ ਪੁਰਾਣੀ ਮਾਚਸ ਦੀ ਡੱਬੀ ਦੋ ਪੇਪਰ ਕਲਿੱਪ ਧਾਗੇ ਅਤੇ ਦੋ ਮੋਤੀ ਚਾਹੀਦੇ ਹਨ ਦੋ ਕਾਗਜ਼ ਵਾਲੇ ਕਲਿੱਪ ਮਾਚਸ ਦੀ ਡੱਬੀ ਦੇ ਉੱਪਰਲੇ ਹਿੱਸੇ ਤੇ 드ਰਾਜ ਤੇ ਫਿਕਸ ਕਰ ਦਿਓ ਕਲਿੱਪ ਸਿੱਧੀ ਲਾਈਨ ਵਿੱਚ ਹੋਣੇ ਚਾਹੀਦੇ ਹਨ ਕਲਿੱਪਸ ਦੇ ਵਿੱਚ ਘਾਰ ਧਾਗਾ ਬੁੰਨ ਦਿਓ ਅਤੇ ਦੋਨੋਂ ਸਿਰਿਆਂ ਤੇ ਮੋਤੀ ਟੰਗ ਦਿਓ ਖਿਡੌਣਾ ਤਿਆਰ ਹੈ ਇਸ ਨੂੰ ਚਲਾਉਣ ਲਈ ਤੁਹਾਨੂੰ ਦਰਾਜ ਨੂੰ ਬਾਹਰ ਅੰਦਰ ਤੱਕ ਕੇ ਸੈੱਟ ਕਰਨਾ ਪਏਗਾ ਧਾਗੇ ਦੀ ਉਚਾਈ ਵਰਟੀਕਲ ਵੱਲ ਪਕੜੋ ਮਾਚੀ ਦੀ ਡੱਬੀ ਜਾਦੂਈ ਤਰੀਕੇ ਨਾਲ ਛੋਟੇ ਛੋਟੇ ਝਟਕੇ ਲੈਂਦੀ ਹੇਠਾਂ ਆਵੇਗੀ ਇਹ ਬਹੁਤ ਹੀ ਅਦਭੁਤ ਤੇ ਮਜ਼ੇਦਾਰ ਗਤੀ ਭਾਵ ਮੋਸ਼ਨ ਨੂੰ ਪ੍ਰਗਟ ਕਰਦੀ ਹੈ ਦਰਜ ਨੂੰ ਬਾਹਰ ਅੰਦਰ ਕਰ ਸਕਦੇ ਹੋ ਖਿਡੌਣਾ ਨੂੰ ਸਹੀ ਤਰ੍ਹਾਂ ਕੰਮ ਕਰਾਉਣ ਲਈ ਹੁਣ ਤੁਸੀਂ ਬੱਚਿਆਂ ਨੂੰ ਇਸ ਸਾਦੇ ਜਿਹੇ ਖਿਡੌਣੇ ਨਾਲ ਅਸਲ ਵਿੱਚ ਇਸ ਨਾਲ ਖੇਡਦੇ ਤੇ ਮਜ਼ੇ ਲੈਂਦੇ ਵੇਖ ਸਕਦੇ ਹੋ